ਦੋਸਤ ਇੱਕ ਗਜ਼ਲ ਦੇ ਕੁਛ ਸ਼ੇਰ ਹਾਜ਼ਰ ਨੇ ਕਿ ਸਾਡੇ ਵਿਹੜੇ ਖਿੜਿਆ ਜਿਹੜਾ ਬੂਟਾ ਇੱਕ ਅਨਾਰ ਦਾ ਪਤਾ ਨਹੀਂ ਕਿਉਂ ਲੰਘਦਾ ਰਾਹੀ ਇਸ 'ਤੇ ਪੱਥਰ ਮਾਰਦਾ। ਸਾਡੇ ਵਿਹੜੇ ਖਿੜਿਆ ਜਿਹੜਾ ਬੂਟਾ ਇੱਕ ਅਨਾਰ ਦਾ ਪਤਾ ਨਹੀਂ ਕਿਉਂ ਲੰਘਦਾ ਰਾਹੀ ਇਸ 'ਤੇ ਪੱਥਰ ਮਾਰਦਾ। ਸੁਰਖ ਨਹੀਂ ਇਹ ਪੀਲਾ ਵੀ ਨਹੀਂ ਦੋਹਾਂ ਦੇ ਵਿਚਕਾਰ ਜਿਹਾ ਮੇਰੇ ਸੁਫਨੇ ਤੋਂ ਵੀ ਸੋਹਣਾ ਮੁੱਖੜਾ ਹੈ ਗੁਲਨਾਰ ਦਾ। ਮੰਜ਼ਿਲ ਦੀਕ ਪਹੁੰਚਾਵੇਗਾ ਜਾਂ ਰਾਹ ਵਿੱਚ ਰਾਤ ਗੁਜ਼ਾਰੇਗਾ ਦੱਸ ਦਿੰਦਾ ਹੈ ਜਾਣੂ ਬੰਦਾ ਕਦਮਾਂ ਦੀ ਰਫ਼ਤਾਰ ਦਾ। ਰੁੱਖ ਦੀ ਟਾਹਣੀ ਮੇਰੇ ਕੰਨ ਵਿੱਚ ਆਖ ਗਈ ਹੈ ਬੈਠੀ ਨਾ ਸਾਵਧਾਨ ਹੋ ਨੇੜੇ ਲੁਕਿਆ ਵੈਰੀ ਉੱਡਦੀ ਡਾਰ ਦਾ। ਰੁੱਖ ਦੀ ਟਾਹਣੀ ਮੇਰੇ ਕੰਨ ਵਿੱਚ ਆਖ ਰਹੀ ਹੈ ਬੈਠੀ ਨਾ ਸਾਵਧਾਨ ਹੋ ਨੇੜੇ ਲੁਕਿਆ ਵੈਰੀ ਉੱਡਦੀ ਡਾਰ ਦਾ। ਤਰੇੜ 'ਚ ਭਿੱਜੇ ਘਾਹ ਦੇ ਉੱਤੇ ਫੁੱਲ ਕਿਰਨ ਜੋ ਬਿਰਖਾਂ ਤੋਂ ਸਭ ਤੋਂ ਸੋਹਣਾ ਮੰਜ਼ਰ ਹੁੰਦਾ ਇਹੀ ਘਰ ਗੁਲਜ਼ਾਰ ਦਾ। ਬਹਿ ਜਾਵੇ ਤਾਂ ਬੰਦਾ ਐਵੇਂ ਥੱਕਿਆ ਟੁੱਟਿਆ ਰਹਿੰਦਾ ਹੈ ਵਾਹੋ ਦਾਹੀ ਤੁਰਿਆ ਰਾਹੀ ਪੈਂਡੇ ਤੋਂ ਨਹੀਂ ਹਾਰਦਾ। ਬਹਿ ਜਾਵੇ ਤਾਂ ਬੰਦਾ ਐਵੇਂ ਥੱਕਿਆ ਟੁੱਟਿਆ ਰਹਿੰਦਾ ਹੈ ਵਾਹੋ ਦਾਹੀ ਤੁਰਦਾ ਰਾਹੀ ਪੈਂਡੇ ਤੋਂ ਨਹੀਂ ਹਾਰਦਾ। ਚੇਤੇ ਆਵੇਂ ਖਿੜੇ ਚੰਬੇਲੀ ਮਰੂਆ ਮਹਿਕੇ ਸਾਹਾਂ ਵਿੱਚ ਸ਼ਾਮ ਸਵੇਰੇ ਵੇਖਾਂ ਚਿਹਰਾ ਸੱਜਣਾ ਸੋਹਣੇ ਯਾਰ ਦਾ। ਚੇਤੇ ਆਵੇਂ ਖਿੜੇ ਚਮੇਲੀ ਮਰੂਆ ਮਹਿਕੇ ਸਾਹਾਂ ਵਿੱਚ ਸ਼ਾਮ ਸਵੇਰੇ ਵੇਖਾਂ ਚਿਹਰਾ ਸੱਜਰਾ ਸੋਹਣੇ ਯਾਰ ਦਾ। ਸਾਡੇ ਵਿਹੜੇ ਖਿੜਿਆ ਜਿਹੜਾ ਬੂਟਾ ਇੱਕ ਅਨਾਰ ਦਾ ਪਤਾ ਨਹੀਂ ਕਿਉਂ ਲੰਘਦਾ ਰਾਹੀ ਇਸ 'ਤੇ ਪੱਥਰ ਮਾਰਦਾ। ਧੰਨਵਾਦ ਤੁਹਾਡਾ ਆਪਣਾ ਗੁਰਭਜਨ ਗਿੱਲ।